ਨਾਨਕ ਪਾਤਸ਼ਾਹ ਦੇ 550ਵੇਂ ਆਗਮਨ ਪੁਰਬ ਦੇ ਸੰਬੰਧ ਵਿੱਚ, ਸ੍ਰੀ ਸਹਿਜ ਪਾਠ ਲਹਿਰ ਅਤੇ ਜਪਜੀ ਸਾਹਿਬ ਬਾਣੀ ਦੇ ਭਾਵ ਅਰਥਾਂ ਦੀ ਲਹਿਰ ਦੇ ਸੰਬੰਧ ਵਿੱਚ ਜੰਮੂ ਕਸ਼ਮੀਰ ਵਿਖੇ ਤਕਰੀਬਨ ਪਿਛਲੇ 1 ਮਹੀਨੇ ਤੋਂ ਸ੍ਰੀ ਸਹਿਜ ਪਾਠ ਲਹਿਰ ਸ਼ੁਰੂ ਕੀਤੀ ਗਈ ਹੈ। ਅੱਜ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਗੁਰੂ ਨਾਨਕ ਨਗਰ ਜੰਮੂ ਵਿਖੇ ਬਹੁਤ ਮੁਬਾਰਕ ਦੀ ਗੱਲ ਕਿ 26 ਬੱਚਿਆਂ ਨੇ ਸ੍ਰੀ ਸਹਿਜ ਪਾਠ ਲਹਿਰ ਕੰਮ ਕੀਤਾ ਅਤੇ ਇਸ ਲਹਿਰ ਦਾ ਹਿੱਸਾ ਬਣੇ ਹਨ। ਅੱਜ ਇਸ ਮੌਕੇ ਤੇ ਪੂਰਾ ਸਟਾਫ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪ੍ਰਿੰਸੀਪਲ ਮੈਮ ਰੀਟਾ ਪੋਗਲੀ ਜੀ ਅਤੇ ਸਰਦਾਰ ਬਲਵਿੰਦਰ ਸਿੰਘ ਜੀ, RTI ਐਕਟੀਵਿਸਟ ਅਤੇ ਹੋਰ ਗੁਰੂ ਨਾਨਕ ਸੇਵਾ ਚੈਰੀਟੇਬਲ ਟਰੱਸਟ ਦੇ ਸਮੁੱਚੀ ਟੀਮ, ਜਿਨ੍ਹਾਂ ਨੇ ਉਪਰਾਲਾ ਉਡੀਕਿਆ ਹੋਇਆ ਹੈ, ਉਹ ਵਿਸ਼ੇਸ਼ ਕਰਕੇ ਪਹੁੰਚੇ ਅਤੇ ਸ਼ਬਦ ਕੀਰਤਨ ਹੋਇਆ, ਜਪਜੀ ਸਾਹਿਬ ਬਾਣੀ ਦੀਆਂ 5 ਪੌੜੀਆਂ ਪੜ੍ਹ ਕੇ ਸ੍ਰੀ ਸਹਿਜ ਪਾਠ ਲਹਿਰ ਦੀ ਸਮਤਾ ਕੀਤੀ ਗਈ। ਤੇ ਇਸ ਮੌਕੇ ਤੇ ਸ੍ਰੀ ਗੁਰਦੁਆਰਾ ਪ੍ਰਬੰਧਕ ਬੋਰਡ ਦੇ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਜੀ, ਵਜ਼ੀਰ ਸਰਦਾਰ ਫਤਿਹ ਸਿੰਘ ਜੀ, ਜਨਰਲ ਸੈਕਟਰੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਪਤਵੰਤੇ ਸੱਜਣ ਵੀ ਪਹੁੰਚੇ ਤੇ 26 ਬੱਚਿਆਂ ਨੇ ਸ੍ਰੀ ਸਹਿਜ ਪਾਠ ਆਰੰਭ ਕੀਤਾ। ਮੈਂ ਇਹਨਾਂ ਬੱਚਿਆਂ ਦੇ ਪੇਰੈਂਟਸ ਨੂੰ ਵੀ ਵਧਾਈ ਦੇਵਾਂਗਾ ਕਿ ਜਿਹੜੇ ਉਹਨਾਂ ਨੇ ਇਸ ਸਕੂਲ ਦੇ ਵਿੱਚ ਇਹਨਾਂ ਨੂੰ ਐਡਮਿਸ਼ਨ ਦਵਾ ਕੇ ਫਿਰ ਘਰ ਵੀ ਜ਼ਰੂਰ ਮਾਂ ਬਾਪ ਨੇ ਇਹਨਾਂ ਨੂੰ ਉਹ ਸੰਸਕਾਰ ਦਿੱਤੇ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਗੁਰੂ ਨਾਨਕ ਨਗਰ ਜੰਮੂ ਵਿਖੇ ਸ੍ਰੀ ਸਹਿਜ ਪਾਠ ਲਹਿਰ ਨੂੰ ਹੋਰ ਅੱਗਾਂ ਤੋਰਨ ਲਈ ਇੱਥੇ ਆਏ ਸੀ ਅਤੇ ਮੈਂ ਸਮੁੱਚੇ ਉਹਨਾਂ ਵਿਦਿਆਰਥੀਆਂ ਨੂੰ, ਸਟੂਡੈਂਟਸ ਨੂੰ ਬਹੁਤ ਮੁਬਾਰਕ ਦਿੰਦਾ ਜਿਨ੍ਹਾਂ ਉੱਪਰ ਗੁਰੂ ਸਾਹਿਬ ਨੇ ਕਿਰਪਾ ਕਰਕੇ ਆਪ ਸਿਰ 'ਤੇ ਹੱਥ ਰੱਖ ਕੇ ਉਹਨਾਂ ਕੋਲੋਂ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਹਨ ਅਤੇ ਉਹ ਗੁਰੂ ਨਾਨਕ ਦਾ ਜਿਹੜਾ ਮਿਸ਼ਨ ਹੈ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ। ਕੀਰਤਨ ਜਿਹੜਾ ਹੈ ਉਸ ਮਾਲਕ ਦੀ ਕੀਰਤੀ ਹੈ, ਭਾਵੇਂ ਸਾਜ਼ਾਂ ਦੇ ਨਾਲ ਕੀਤਾ ਜਾਵੇ ਅਤੇ ਭਾਵੇਂ ਘਰ ਬਹਿ ਕੇ ਅਸੀਂ ਉਸ ਰੱਬੀ ਗੁਣਾਂ ਦਾ ਗਾਇਨ ਕਰੀਏ ਅਤੇ ਉਸ ਸਿਧਾਂਤ ਨੂੰ ਮੁੱਖ ਰੱਖਦਿਆਂ ਇਹ ਬੱਚੇ ਅੱਜ ਸ੍ਰੀ ਸਹਿਜ ਪਾਠ ਲਹਿਰ ਵਿੱਚ ਸ਼ਾਮਿਲ ਹੋਏ ਹਨ। ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਸ੍ਰੀ ਸਹਿਜ ਪਾਠ ਲਹਿਰ ਜਿਹੜੀ ਇੰਡੀਆ ਦੇ ਤਕਰੀਬਨ 8 ਸਟੇਟਾਂ ਵਿੱਚ ਇਹ ਲਹਿਰ ਚੱਲ ਰਹੀ ਹੈ, ਜਿਸ ਵਿੱਚ ਪੰਜਾਬ ਤੋਂ ਤਕਰੀਬਨ 4,000 ਦੇ ਕਰੀਬ ਇਸ ਸਮੇਂ ਤੱਕ ਸਹਿਜ ਪਾਠ ਆਰੰਭ ਹੋ ਚੁੱਕੇ ਹਨ। ਹੋਰ ਸਟੇਟਾਂ ਵਿੱਚ ਵੀ ਇਹ ਸਹਿਜ ਪਾਠ ਲਹਿਰ ਚੱਲ ਰਹੀ ਹੈ। ਪਿਛਲੇ 1 ਮਹੀਨੇ ਤੋਂ ਜੰਮੂ ਦੀ ਧਰਤੀ ਵਿਖੇ ਇਹ ਸਹਿਜ ਪਾਠ ਲਹਿਰ ਆਰੰਭੀ ਗਈ ਸੀ। ਇਸ ਸਮੇਂ ਤੱਕ ਤਕਰੀਬਨ 400 ਦੇ ਕਰੀਬ ਸਹਿਜ ਪਾਠ ਆਰੰਭ ਹੋ ਚੁੱਕੇ ਹਨ ਵੱਖ ਵੱਖ ਥਾਵਾਂ 'ਤੇ, ਪਰ ਬਹੁਤ ਵਿਸ਼ੇਸ਼ਤਾ ਦੀ ਗੱਲ ਇਹ ਹੈ ਕਿ ਇਸ ਪੂਰੇ ਸਰਵੇ ਦਾ 1 ਮਹੀਨੇ ਦੇ ਅੰਦਰ ਇਸ ਸਰਵੇ ਵਿੱਚੋਂ ਇਲਾਕੇ ਤਾਂ ਸੰਗਤਾਂ ਆਈਆਂ ਹਨ, ਪਰ ਪਹਿਲਾ ਸਕੂਲ ਉਹ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੈ, ਜਿਸ ਵਿੱਚੋਂ ਇਸ ਮੈਨੇਜਮੈਂਟ ਨੇ ਨਾਲ ਹੋ ਕੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਅਤੇ ਬੱਚੇ ਜਿਹੜੇ ਤਕਰੀਬਨ 26 ਬੱਚਿਆਂ ਨੇ ਅੱਜ ਸ੍ਰੀ ਸਹਿਜ ਪਾਠ ਆਰੰਭ ਕੀਤੇ ਹਨ। ਬਹੁਤ ਮੁਬਾਰਕ ਹੈ। ਮੈਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਆਪ ਜੀ ਕਿਰਪਾ ਕਰਕੇ ਆਪ ਵੀ ਸਹਿਜ ਪਾਠ, 1-1 ਸਹਿਜ ਪਾਠ, ਗੁਰੂ ਨਾਨਕ ਪਾਤਸ਼ਾਹ ਜੀ ਜਿਹੜਾ 550ਵਾਂ ਆਗਮਨ ਪੁਰਬ ਆ ਰਿਹਾ ਹੈ, ਗੁਰੂ ਨਾਨਕ ਪਾਤਸ਼ਾਹ ਨੂੰ 1-1 ਸਹਿਜ ਪਾਠ ਗਿਫਟ ਕਰੀਏ। ਅਗਰ ਸਹਿਜ ਪਾਠ ਤੁਸੀਂ ਨਹੀਂ ਕਰਦੇ, ਕਿਉਂਕਿ ਇਹ ਸਹਿਜ ਪਾਠ ਉਦੋਂ ਹੋ ਸਕਦਾ ਹੈ ਜਦੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਆਉਂਦੀ ਹੋਵੇਗੀ, ਤਾਂ ਘੱਟੋ ਘੱਟ ਜਪਜੀ ਸਾਹਿਬ ਬਾਣੀ ਦੇ ਭਾਵ ਅਰਥ ਯਾਦ ਕਰਕੇ ਗੁਰੂ ਨਾਨਕ ਸਾਹਿਬ ਨੂੰ ਗਿਫਟ ਕਰੀਏ। ਇਹ ਸੋਚ ਗੁਰੂ ਨਾਨਕ ਸੇਵਾ ਚੈਰੀਟੇਬਲ ਟਰੱਸਟ ਦੇ ਸਾਰੇ ਵੀਰਾਂ ਵੱਲੋਂ ਬਣਾਈ ਗਈ ਹੈ ਕਿ ਘਰ ਘਰ ਦੇ ਅੰਦਰ ਅਸੀਂ ਗੁਰੂ ਨਾਨਕ ਦਾ ਸੁਨੇਹਾ ਪਹੁੰਚਾਉਣਾ ਹੈ। ਇਹ ਬੱਚੇ ਜਿਹੜੇ ਨਾਲ ਖੜ੍ਹੇ ਹਨ, ਤੁਸੀਂ ਇਹਨਾਂ ਦੀ ਉਮਰ ਵੇਖ ਸਕਦੇ ਹੋ, ਨਹੀਂ ਤਾਂ 40-50 ਸਾਲ ਦੀ ਉਮਰ ਸਾਡੇ ਵੀਰਾਂ ਦੀ ਹੋ ਗਈ, ਪਰ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਕਿਤੇ ਜਪਜੀ ਸਾਹਿਬ ਬਾਣੀ ਦੇ ਵੀ ਉਹਨਾਂ ਨੂੰ ਸ਼ੁੱਧ ਪੜ੍ਹਨਾ ਆਉਂਦਾ ਹੋਵੇ, ਕਿਉਂਕਿ ਇਹ ਬਦਨਸੀਬੀ ਹੈ। ਪਰ ਮੁਬਾਰਕ ਹੈ, ਉਹ ਵੀ ਗੁਰੂ ਨਾਨਕ ਨਾਮ ਲਿਆ ਗੁਰਸਿੱਖ ਹਨ ਜਿਹੜੇ ਛੋਟੀ ਉਮਰ 'ਚੋਂ ਹੀ ਗੁਰੂ ਨਾਨਕ ਦੀ ਫੁਲਵਾੜੀ ਦੇ ਹਿੱਸੇਦਾਰ ਬਣਦੇ ਹਨ। ਇਹ ਛੋਟੀ ਛੋਟੀ ਬੱਚੀਆਂ ਸਾਡੀਆਂ, ਇਹ ਛੋਟੇ ਬੱਚੇ, 26 ਬੱਚੇ, ਮੈਂ ਮਾਣ ਮਹਿਸੂਸ ਕਰਦਾ, ਇਹ 26 ਬੱਚੇ ਨਹੀਂ ਹਨ, ਮੈਂ ਤਾਂ ਸਮਝਦਾ ਕਿ ਇਹ 26,000 ਬੱਚੇ ਹਨ, ਕਿਉਂਕਿ ਇਹ 26 ਬੱਚੇ ਹੀ ਅਗਰ ਗੁਰੂ ਨਾਨਕ ਦਾ ਸੁਨੇਹਾ ਇਹਨੇ ਛੋਟੀ ਉਮਰ 'ਚੋਂ ਪਹੁੰਚਾਉਣਾ ਸ਼ੁਰੂ ਕਰ ਦੇਣਗੇ, ਤਾਂ ਮੈਂ ਸਮਝਦਾ ਹਾਂ ਕਿ ਜਿਹੜਾ ਨਾਨਕ ਨਗਰ ਸਾਡਾ ਜੰਮੂ ਇਲਾਕਾ ਹੈ, ਇਹ 26 ਪ੍ਰਚਾਰਕ ਸਾਡੇ ਅੱਜ ਤਿਆਰ ਹੋ ਰਹੇ ਹਨ। ਸੋ ਅਸੀਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ, ਵੱਧ ਤੋਂ ਵੱਧ ਇਸ ਲਹਿਰ ਦਾ ਆਪ ਜੀ ਹਿੱਸੇਦਾਰ ਬਣੋ ਅਤੇ ਇੱਥੋਂ ਦੇ ਪ੍ਰਿੰਸੀਪਲ ਮੈਮ ਰੀਟਾ ਪੋਪਲੀ ਜੀ,
ਜਿਹੜੇ ਹਮੇਸ਼ਾ ਹੀ ਪਹਿਲੇ ਵੀ ਬੱਚਿਆਂ ਦੇ ਇਗਜ਼ਾਮ ਹੋਏ ਉਸ ਵਿੱਚ ਵੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ ਵੀ ਅਸੀਂ ਸੈਂਟਰ ਬਣਾਏ ਇਹਨਾਂ ਦਾ ਬਹੁਤ ਸਾਡਾ ਯੋਗਦਾਨ ਰਹਿੰਦਾ ਹੈ ਇੱਥੋਂ ਦੇ ਜਿਹੜੇ ਦਲਜੀਤ ਸਰ ਜਿਨ੍ਹਾਂ ਦਾ ਹਮੇਸ਼ਾ ਜਿਨ੍ਹਾਂ ਦੇ ਸੰਪਰਕ ਸਦਕਾ ਅਸੀਂ ਸਕੂਲ ਵਿੱਚ ਆਏ ਹਾਂ ਇੱਥੋਂ ਦੇ ਹੋਰ ਮੈਡਮ ਜਿਹੜੇ ਮਿਊਜ਼ਿਕ ਟੀਚਰ ਹਨ ਸਾਰੇ ਬੱਚੇ ਕੀਰਤਨ ਵੀ ਕਰਦੇ ਹਨ ਸੋ ਉਮੀਦ ਕਰਦੇ ਹਾਂ ਕਿ ਜਿਹੜਾ ਅਗਲਾ ਸਮਾਂ ਹੈ ਵੱਧ ਚੜ੍ਹ ਕੇ ਸੰਗਤਾਂ ਸਾਨੂੰ ਉਤਸ਼ਾਹ ਬਖਸ਼ਣਗੀਆਂ CEN ਨਿਊਜ਼ ਜਿਹੜੇ ਇੱਕ ਪੰਥ ਦਾ ਦਰਦ ਰੱਖਦੇ ਹਨ ਕਿਉਂਕਿ ਜਿੱਥੇ ਵੀ ਇਹ ਲਹਿਰ ਚੱਲਦੀ ਹੈ ਅਸੀਂ ਆਪ ਜੀ ਨੂੰ ਵੀ ਯਾਦ ਕਰਦੇ ਹਾਂ ਤੁਹਾਡੇ ਇਸ ਮਾਧਿਅਮ ਦੇ ਥਰੂ ਜਿਹੜਾ ਸਾਡਾ ਸਾਰਾ ਸੁਨੇਹਾ ਸੰਗਤਾਂ ਤੱਕ ਪਹੁੰਚ ਰਿਹਾ ਹੈ ਕਿਉਂਕਿ ਪਹਿਲੇ ਵੀ ਤੁਸੀਂ ਇੱਕ ਸਾਡਾ ਪ੍ਰੋਜੈਕਟ ਜਿਹੜਾ ਗਲਵੱਕੜੀ ਹਗਮੀ ਜਿਹੜਾ ਹੋਇਆ ਸੀ ਲਾਈਵ ਉਹ ਕੀਤਾ ਸੀ ਉੱਥੋਂ ਕਾਫੀ ਫੋਨ ਕਾਲਸ ਆਈਆਂ ਮੈਂ ਉਮੀਦ ਕਰਦਾ ਹਾਂ ਕਿ ਜਿੱਥੇ ਅੱਗਾਂ ਵੀ ਤੁਹਾਨੂੰ ਅਸੀਂ ਯਾਦ ਕਰਾਂਗੇ ਤੁਸੀਂ ਆਪਣਾ ਜਿੱਥੇ ਸੈਕੂਲਰ ਮੈਸੇਜ ਗੁਰੂ ਨਾਨਕ ਸਾਹਿਬ ਦਾ ਹਰ ਧਰਮ ਦਾ ਕੋਈ ਫੈਸਟੀਵਲ ਤੁਸੀਂ ਜਿਹੜਾ ਦੱਸਦੇ ਹੋ ਉਸ ਤਰ੍ਹਾਂ ਇਹ ਸਿੱਖ ਧਰਮ ਦਾ ਜਿਹੜਾ ਇੱਕ ਵਡਮੁੱਲਾ ਕਾਜ ਹੈ ਇਸ ਵਿੱਚ ਆਪਣਾ ਹਿੱਸਾ ਪਾਓਗੇ ਮੈਂ ਅੱਜ ਦੇ ਦਿਨ ਸਮੁੱਚੀ ਮੈਨੇਜਮੈਂਟ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਮੈਂ ਮੈਡਮ ਪ੍ਰਿੰਸੀਪਲ ਮੈਮ ਨੂੰ ਕਹਿੰਦਾ ਕਿ ਅਸੀਂ ਆਪਣਾ ਹੱਕ ਸਮਝਦੇ ਹਾਂ ਇਸ ਸਕੂਲ 'ਤੇ ਕਿ ਜਪਜੀ ਸਾਹਿਬ ਬਾਣੀ ਵਿੱਚ ਤਾਂ ਤਕਰੀਬਨ ਇੱਥੇ 400 ਦੇ ਕਰੀਬ ਸਟਰੈਂਥ ਹੈ ਬੱਚਿਆਂ ਦੀ ਮੈਨੂੰ ਉਮੀਦ ਹੈ ਕਿ ਤਕਰੀਬਨ 200-250 ਵੀ ਬੱਚਾ ਜਿਹੜਾ ਜਪਜੀ ਸਾਹਿਬ ਬਾਣੀ ਦੇ ਭਾਵ ਅਰਥਾਂ ਦੀ ਲਹਿਰ ਵੀ ਸ਼ਾਮਿਲ ਹੋਵੇਗਾ ਇੱਕ ਵਾਰ ਫਿਰ ਆਪ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਜਗਤਾਰ ਸਿੰਘ ਜੀ ਸਰਦਾਰ ਮਨਜੀਤ ਸਿੰਘ ਜੀ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਦਿਆਂਗਾ ਕਿਉਂਕਿ ਪਿਛਲੇ 2-3 ਸਾਲ ਤੋਂ ਲਗਾਤਾਰ ਜੋ ਘਰ ਘਰ ਗੁਰਬਾਣੀ ਪਹੁੰਚਾ ਰਹੇ ਹਨ ਉਹ ਬੱਚਿਆਂ ਦੇ ਐਗਜ਼ਾਮਸ ਲੈ ਕੇ ਕੰਪੀਟੀਟਿਵ ਐਗਜ਼ਾਮਸ ਲੈ ਕੇ ਉਹਨਾਂ ਦੇ ਟੈਸਟ ਲੈ ਕੇ ਕਮ ਸੇ ਕਮ ਅੱਜ ਤੱਕ 70,000 ਬੱਚੇ ਜਿਹੜੇ ਆਲ ਓਵਰ ਦਾ ਸਾਡੀ ਕੰਟਰੀ ਦੇ 10 ਸਟੇਟਸਾਂ ਦੇ ਵਿੱਚ ਬੱਚੇ ਇਨਵੋਲਵ ਸਨ 70,000 ਬੱਚੇ ਇਟ ਮੀਨਸ ਅਗਰ ਇੱਕ ਫੈਮਿਲੀ ਦੇ ਘਰੋਂ ਬੱਚਾ ਆਉਂਦਾ ਤਾਂ ਉਹਦੇ ਨਾਲ 5 ਲੋਕ ਹੀ ਹੋਰ ਜੁੜੇ ਹੁੰਦੇ ਨੇ ਇਟ ਮੀਨਸ 3.5-4 ਲੱਖ ਲੋਕਾਂ ਦੇ ਘਰ ਗੁਰਬਾਣੀ ਨੂੰ ਪਹੁੰਚਾਉਣਾ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਪਹੁੰਚਾਉਣਾ ਕਰ ਕਰ ਇਹ ਮੁਬਾਰਕ ਦੇ ਪਾਤਰ ਹਨ ਹੁਣ ਦੂਸਰੀ ਇੱਕ ਇਹਨਾਂ ਅੱਜ ਨਵੀਂ ਲਹਿਰ ਸ਼ੁਰੂ ਕੀਤੀ ਹੈ ਕਿ ਜੋ 550 ਗੁਰੂ ਨਾਨਕ ਦੇਵ ਜੀ ਦਾ 550 ਆਗਮਨ ਪੁਰਬ ਆ ਰਿਹਾ ਉਸ ਨੂੰ ਮਨਾਉਣ ਦੇ ਲਈ ਇਹਨਾਂ ਨੇ ਸਹਿਜ ਪਾਠ ਦੀ ਲੜੀ ਇੱਕ ਸਟਾਰਟ ਕੀਤੀ ਹੈ ਉਸ ਤੋਂ ਨਹੀਂ ਕਮ ਸੇ ਕਮ 100 ਤੋਂ ਜ਼ਿਆਦਾ ਕਰੀਬ ਡਿਗਾਨਾ ਆਸ਼ਰਮ ਵਿਖੇ ਲੋਕਾਂ ਨੇ ਸਹਿਜ ਪਾਠ ਆਰੰਭ ਕਰਾਇਆ ਤਾਂ ਮੈਂ ਮੁਬਾਰਕਬਾਦ ਦੇਣਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਇਸ ਐਡਮਿਨਿਸਟ੍ਰੇਸ਼ਨ ਨੂੰ ਵੀ ਔਰ ਖਾਸ ਕਰਕੇ ਉਹ ਬੱਚੇ ਜੋ ਵਾਰੰਟਲੀ ਅੱਗੇ ਆਏ ਜਿਨ੍ਹਾਂ ਨੇ ਵੀ ਸੋਚਿਆ ਵੀ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਵੀ ਗੁਰੂ ਦੇ ਨਾਲ ਜੁੜੀਏ ਗੁਰੂ ਵਾਲੇ ਬਣੀਏ ਗੁਰੂ ਦੀ ਬਾਣੀ ਪੜ੍ਹੀਏ ਤਾਂ ਪੂਰਾ ਖੰਡ ਪਾਠ ਨਾ ਕਰਕੇ ਸਹਿਜ ਪਾਠ ਦੀ ਆਰੰਭਤਾ ਕਰਵਾਈ ਹੈ ਇਹ ਸਾਰੇ ਹੀ ਵਧਾਈ ਦੇ ਪਾਤਰ ਹਨ ਇਹ ਸਕੂਲ ਵੀ ਵਧਾਈ ਦਾ ਪਾਤਰ ਹੈ ਜਗਤਾਰ ਸਿੰਘ ਜੀ ਅਤੇ ਉਹਨਾਂ ਦੀ ਪੂਰੀ ਟੀਮ ਵਧਾਈ ਦਾ ਪਾਤਰ ਹੈ ਕਿ ਜਿੱਥੇ ਦੁਨਿਆਵੀ ਐਜੂਕੇਸ਼ਨ ਚੱਲ ਰਹੀ ਹੈ ਉਹਦੇ ਨਾਲ ਧਾਰਮਿਕ ਇਸ ਵਿੱਦਿਆ ਨੂੰ ਲੈ ਕੇ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਕਹਿੰਦਾ ਗੁਰੂ ਮਹਾਰਾਜ ਜਿਨ੍ਹਾਂ 'ਤੇ ਆਪਣੀ ਮਿਹਰਾਂ ਅਤੇ ਬਖਸ਼ਾਂ ਭਰਿਆ ਹੱਥ ਰੱਖੇ ਤਾਂ ਕਿ ਅੱਗੇ ਹੋਰ ਕੌਮ ਨੂੰ ਬੱਚਿਆਂ ਨੂੰ ਸਿੱਖਾਂ ਨੂੰ ਅੱਜ ਦਾ ਜੋ ਪ੍ਰੋਗਰਾਮ ਗੁਰੂ ਨਾਨਕ ਚੈਰੀਟੇਬਲ ਟਰੱਸਟ ਦੀ ਤਰਫੋਂ ਇਹ ਕੀਤਾ ਗਿਆ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਇਹ ਧੰਤਾ ਦੇ ਯੋਗ ਹਨ ਉਮੀਦ ਕਰਦਾ ਹਾਂ ਇਹ ਆਪਣੀ ਸੇਵਾ ਇਸ ਤਰ੍ਹਾਂ ਹੀ ਕਾਇਮ ਰੱਖਣਗੇ ਇਸ ਤਰ੍ਹਾਂ ਹੀ ਲਗਾਤਾਰ ਸ਼ੁਰੂ ਰੱਖਣਗੇ ਔਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ ਗੁਰੂ ਮਹਾਰਾਜ ਦੀਆਂ ਮੇਰਾ ਭਰਿਆ ਹੱਥ ਹਮੇਸ਼ਾ ਇਹਨਾਂ ਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਮਾਰੇ ਸਕੂਲ ਮੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮੇ ਗੁਰੂ ਨਾਨਕ ਦੇਵ ਜੀ ਕੇ 550ਵੇਂ ਪ੍ਰਕਾਸ਼ ਉਤਸਵ ਕੇ ਉਪਲਕਸ਼ ਮੇ ਯਹਾਂ ਪੇ ਗੁਰੂਦੇਵ ਸੇਵਾ ਚੈਰੀਟੇਬਲ ਟਰੱਸਟ ਕੇ ਦੁਆਰਾ ਪਾਠ ਕਾ ਆਰੰਭ ਕੀਆ ਗਿਆ ਹੈ ਜਿਸ ਮੇ ਹਮਾਰੇ 26 ਬੱਚੋਂ ਨੇ ਪਾਠ ਕੋ ਸਟਾਰਟ ਕੀਆ ਜਿਸ ਮੇ ਵੋ ਸਾਰਾ ਕਾ ਸਾਰਾ ਸਹਿਜ ਪਾਠ ਪੜ੍ਹੇਂਗੇ ਔਰ ਮੈਂ ਇਨਕੋ ਬਹੁਤ ਮੁਬਾਰਕਬਾਦ ਦੇਤੀ ਹੂੰ ਇਸ ਟਰੱਸਟ ਕੋ ਸਪੈਸ਼ਲੀ ਜਗਤਾਰ ਸਿੰਘ ਜੀ ਕੋ ਜਿਨ੍ਹਾਂ ਨੇ ਇਤਨਾ ਬੜਾ ਟਾਰਗੇਟ ਅਚੀਵ ਕਰਨੇ ਕੇ ਲੀਏ ਜਗ੍ਹਾ ਜਗ੍ਹਾ ਜਾ ਕੇ ਬੱਚੋਂ ਕੋ ਤਿਆਰ ਕੀਆ ਹੈ ਹਾਂ ਮੈਂ ਇਹੀ ਅਰਦਾਸ ਕਰਤੀ ਹੂੰ ਸਭ ਬੱਚੋਂ ਕੇ ਲੀਏ ਕਿ ਗੁਰੂ ਮਹਾਰਾਜ ਜੀ ਇਨਕੋ ਅੱਛੀ ਬਾਣੀ ਪੜ੍ਹਨੇ ਕਾ ਸ਼ੁੱਧ ਬਾਣੀ ਪੜ੍ਹਨੇ ਕਾ ਇਨਕੇ ਉੱਪਰ ਹੱਥ ਰੱਖੇ ਔਰ ਇਹ ਅੱਛੇ ਸੇ ਆਪਣਾ ਇਸ ਪਾਠ ਕੋ ਸਮਾਪਤ ਕਰ ਸਕੇ ਧੰਨਵਾਦ